ਨਾਂ ਮੇਰਾ ਜਗੀਰ ਸਿੰਘ, ਪਿੰਡ ਭੁਸੇ, ਜ਼ਿਲ੍ਹਾ ਤਰਨ ਤਾਰਨ। ਅਤੇ ਮੈਨੂੰ ਹਾਰਟ ਦੀ ਪ੍ਰੋਬਲਮ ਸੀ, ਅਤੇ ਮੈਂ ਜਦੋਂ ਮੈਨੂੰ ਪ੍ਰੋਬਲਮ ਆਈ ਤਾਂ ਜੋ ਮੈਂ ਕੰਮ ਕਰਦਾ ਹੁੰਦਾ ਹਾਂ ਤਾਂ ਮੈਨੂੰ ਦਰਦ ਹੁੰਦੀ ਅੱਗੋਂ ਪਿੱਛੋਂ, ਮੈਨੂੰ ਜਦੋਂ ਮੈਂ ਵਿਹਲਾ ਹਾਂ ਕੁਝ ਨਹੀਂ ਦਰਦ ਹੋਈ, ਤਾਂ ਮੈਂ ਮਹੀਨਾ ਕੁ ਪਹਿਲਾਂ ਮੈਨੂੰ ਇੱਦਾਂ ਕੁਝ ਹੋਣਾ ਸਟਾਰਟ ਹੋਇਆ, ਤਾਂ ਮੈਂ ਸੁਖਬੀਰ ਹਸਪਤਾਲ ਉਹਨੂੰ ਚੈੱਕ ਕਰਾਇਆ। ਪਹਿਲਾਂ ਮੈਂ ਆਪਣੇ EEG ਕਰਾਈ, ਉਹਦੇ ਵਿੱਚ ਵੀ ਉਹਨਾਂ ਨੋਰਮਲ ਕਿਹਾ, ਪਰ ਮੈਨੂੰ ਤਕਲੀਫ ਸੀ। ਫਿਰ ਮੈਂ ਆਪਣੀ ਈਕੋ ਕਰਾਈ, ਈਕੋ ਦੇ ਵਿੱਚ ਵੀ ਉਹਨਾਂ ਮੈਨੂੰ ਨੋਰਮਲ ਰਿਪੋਰਟ ਦੱਸੀ। ਮੈਂ ਫਿਰ ਡਾਕਟਰ ਆਪਣੇ ਸੁਖਬੀਰ ਹਸਪਤਾਲ ਚਲ ਗਿਆ, ਉੱਥੋਂ ਜਾ ਕੇ ਡਾਕਟਰ ਕੋਲ ਚੈੱਕਅਪ ਕਰਾਇਆ, ਅਤੇ ਉਹਨਾਂ ਫਿਰ ਮੈਨੂੰ ਦੜਾ ਕੇ ਮੇਰੀ EEG ਕੀਤੀ। ਉਹਦੇ ਵਿੱਚ ਉਹਨਾਂ ਫਿਰ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਥੋੜ੍ਹੀ ਜਿਹੀ, ਉਹਨਾਂ ਕੋਲ ਫਿਰ ਮੈਂ ਇੱਕ ਮਹੀਨਾ ਦਵਾਈ ਖਾਧੀ, ਪਰ ਉਹਦੇ ਨਾਲ ਮੇਰੀ ਕੋਈ ਪ੍ਰੋਬਲਮ ਸੋਲਵ ਨਹੀਂ ਹੋਈ। ਫਿਰ ਬਾਅਦ ਦੇ ਵਿੱਚ ਮੈਂ ਆਪਣੇ ਡਾਕਟਰ, ਮੈਨੂੰ ਪਤਾ ਲੱਗਾ ਵੀ ਡਾਕਟਰ ਮੈਡੀਕਲ ਸਿਟੀ ਹਸਪਤਾਲ ਦੇ ਵਿੱਚ ਅਜੇ ਕੁਮਾਰ ਵਰਮਾ ਡਾਕਟਰ ਸਾਹਿਬ ਹੈਗੇ ਆ, ਅਤੇ ਬਹੁਤ ਵਧੀਆ ਡਾਕਟਰ ਆ। ਅਤੇ ਅਸੀਂ ਐਂ ਨੂੰ ਰੋਕ ਕਰਕੇ ਇੱਥੇ ਡਾਕਟਰ ਕੋਲ, ਡਾਕਟਰ ਸਾਹਿਬ ਕੋਲ ਆ ਗਏ, ਅਮਦੀਵ ਹਸਪਤਾਲ ਮੈਡੀਕਲ ਸਿਟੀ। ਉੱਥੇ ਅਸੀਂ ਆਪਣਾ ਚੈੱਕਅਪ ਕਰਾਇਆ, ਡਾਕਟਰ ਸਾਹਿਬ ਨੇ ਸਾਡਾ ਐਂਜੀਓਗ੍ਰਾਫੀ ਕਰਾਈ ਸਾਡੀ, ਉਹਦੇ ਵਿੱਚ ਫਿਰ ਸਾਡੇ ਕੁਝ ਪ੍ਰੋਬਲਮ ਆ ਗਈ। ਉਹਨਾਂ ਆਖਿਆ ਵੀ ਤੁਹਾਡੀ ਬਲੋਕਿੰਗ ਬਹੁਤ ਜ਼ਿਆਦਾ ਹੈ, ਅਤੇ ਡਾਕਟਰ ਸਾਹਿਬ ਨੇ ਫਿਰ ਸਾਨੂੰ ਆਪਣਾ ਹੱਲ ਦੱਸਿਆ ਵੀ ਤੁਸੀਂ ਆਪਣੀ ਕਰਾ ਲਓ, ਹਾਰਟ ਸਰਜਰੀ ਕਰਾਓ, ਅਤੇ ਤੁਹਾਨੂੰ ਬਹੁਤ ਵਧੀਆ ਬਿਹਤਰ ਆ, ਕਿਉਂਕਿ ਸਟੈਂਟ ਪਾਇਆ ਤੁਹਾਡਾ ਨਹੀਂ ਠੀਕ ਹੋ ਸਕਦੇ ਤੁਸੀਂ। ਅਤੇ ਅਸੀਂ ਫਿਰ ਉਹਨਾਂ ਦੇ ਗੱਲ ਦੇ ਮਗਰ ਲੱਗ ਕੇ ਅਸੀਂ ਆਪਣੀ ਸਰਜਰੀ ਕਰਾਈ, ਤਾਂ ਬਹੁਤ ਵਧੀਆ ਠੀਕ ਠਾਕ ਚੱਲਣ ਡਿਆ ਮੇਰਾ, ਅਤੇ ਕੋਈ ਪਰ ਫਿਕਰ ਨਹੀਂ। ਇੱਕ ਮਹੀਨਾ ਅਤੇ 10 ਦਿਨ ਹੋ ਗਏ ਮੈਨੂੰ ਸਰਜਰੀ ਕਰਾਈ ਨੂੰ, ਤਾਂ ਮੈਂ ਠੀਕ ਠਾਕ ਚੱਲ ਫਿਰ ਰਿਹਾ, ਖਾ ਪੀ ਵੀ ਰਿਹਾ, ਅਤੇ ਸਭ ਠੀਕ ਠਾਕ ਆ। ਥੈਂਕ ਯੂ। ਜਦੋਂ ਮੈਂ ਹਸਪਤਾਲ ਦੇ ਵਿੱਚ ਰਿਹਾ ਸੀ, ਬਹੁਤ ਵਧੀਆ ਸਟਾਫ ਸੀ, ਜੋ ਮੈਂ ਕੇਅਰ ਰੂਮ ਦੇ ਵਿੱਚ ਰਿਹਾ, ਅਤੇ ਜਿੰਨੀਆਂ ਵੀ ਸਿਸਟਰ ਸੀ ਉਹਨਾਂ ਬਹੁਤ ਜ਼ਿਆਦਾ ਮੇਰੀ ਹਿਫਾਜ਼ਤ ਕੀਤੀ, ਅਤੇ ਮੇਰਾ ਇਲਾਜ ਬਹੁਤ ਵਧੀਆ ਹੋਇਆ। ਅਤੇ ਹੁਣ ਵੀ ਡਾਕਟਰ ਸਾਹਿਬ ਬਹੁਤ ਵਧੀਆ ਕੋਪਰੇਟ ਕਰਦੇ, ਜਨਵਾਈਏ ਅਤੇ ਬਹੁਤ ਵਧੀਆ ਦਵਾਈ ਤਰੀਕੇ ਨਾਲ ਦਿੰਦੇ ਆ, ਸਮਝਾਉਂਦੇ ਆ, ਅਤੇ ਬਹੁਤ ਵਧੀਆ ਡਾਕਟਰ ਸਾਹਿਬ ਨੇ ਇਲਾਜ ਮੇਰਾ ਕੀਤਾ, ਅਤੇ ਇਹ ਹਾਲੇ ਮੈਂ ਠੀਕ ਠਾਕ ਹਾਂ। ਜਿਸ ਤਰ੍ਹਾਂ ਕਿ ਪੇਸ਼ੈਂਟ ਜਗੀਰ ਸਿੰਘ ਜੀ ਨੂੰ ਤੁਸੀਂ ਸੁਣਿਆ ਹੋਣੇ ਕਿ ਇਹਨਾਂ ਨੂੰ ਚੈਸਟ ਪੇਨ ਹੋਈ ਸੀਗੀ, ਅਤੇ ਇਹਨਾਂ ਨੂੰ ਪਹਿਲੇ ਡਾਇਗਨੋਸ ਨਹੀਂ ਹੋ ਪਾਇਆ ਬਾਕੀ ਹੋਸਪਿਟਲਸ 'ਚ, ਇਸ ਤਰ੍ਹਾਂ ਸਾਡੇ ਕੋਲ ਹੋਰ ਵੀ ਕਾਫੀ ਪੇਸ਼ੈਂਟਸ ਆਉਂਦੇ ਆ ਜਿਨ੍ਹਾਂ ਦਾ ECG ਔਰ ਈਕੋ ਵਗੈਰਾ ਨੋਰਮਲ ਆਉਂਦੇ ਆ, ਪਰ ਉਹਨਾਂ ਦਾ ਡਾਇਗਨੋਸਿਸ ਐਨਜੋ ਜਾਂ ਫਿਰ ਉਹਨਾਂ ਦਾ TMT 'ਤੇ ਹੀ ਹੋ ਪਾਉਂਦਾ ਹੈ, ਤਾਂ ਇਸ ਤਰ੍ਹਾਂ ਹੋਰ ਵੀ ਕਾਫੀ ਪੇਸ਼ੈਂਟਸ ਆਉਂਦੇ ਹੈਗੇ ਆ। ਜਦੋਂ ਅਸੀਂ ਜਗੀਰ ਸਿੰਘ ਜੀ ਦਾ ਐਨਜੋ ਕਰਵਾਇਆ, ਡਾਕਟਰ ਯਾਦਵਿੰਦਰ ਨੇ ਐਨਜੋ ਕੀਤਾ, ਤਾਂ ਉਸ 'ਚ ਉਹਨਾਂ ਲੈਫਟ ਮੇਨ ਵਿਦ ਟ੍ਰਿਪਲ ਵੈਸਲ ਡਿਜ਼ੀਜ਼ ਆਇਆ, ਤਾਂ ਇਹਨਾਂ ਦਾ ਫਿਰ ਅਸੀਂ ਇਹਨਾਂ ਨੂੰ ਕਿਹਾ ਕਿ ਇਸ 'ਚ ਸਟੈਂਟਿੰਗ ਪੋਸੀਬਲ ਨਹੀਂ ਹੈ, ਤਾਂ ਇਹਨਾਂ ਨੇ ਵੀ ਮਤਲਬ ਆਪਣੇ ਧਿਆਨ ਨਾਲ ਆਪਣਾ ਟਰੱਸਟ ਦਿਖਾ ਕੇ ਸਾਡੇ 'ਤੇ, ਅਤੇ ਇਹਨਾਂ ਨੇ ਸਰਜਰੀ ਕਰਵਾਉਣ ਦਾ ਫੈਸਲਾ ਲਿਆ, ਅਤੇ ਇਹਨਾਂ ਦੇ ਅਸੀਂ ਤਿੰਨੋਂ ਵੈਸਲਸ ਜਿਹੜੀਆਂ ਸੀਗੀਆਂ ਉਹਨਾਂ ਨੂੰ ਬਾਈਪਾਸ ਕਰਤਾ, ਅਤੇ ਹੁਣ ਪੇਸ਼ੈਂਟ ਆਪਣੀ ਨੋਰਮਲ ਲਾਈਫ ਰਹਿ ਰਿਹਾ, ਔਰ 1.5 ਮੰਥ ਹੋ ਗਿਆ, ਔਰ ਪੇਸ਼ੈਂਟ ਫੋਲੋ ਅਪ 'ਤੇ ਰੈਗੂਲਰਲੀ ਆ ਰਿਹਾ ਹੈ। ਸੋ ਮੇਰਾ ਪਬਲਿਕ ਵਾਸਤੇ ਇਹੀ ਮੈਸੇਜ ਹੈ ਕਿ ਜਦੋਂ ਵੀ ਕੋਈ ਚੈਸਟ ਪੇਨ ਹੁੰਦੀ ਹੈ ਉਸਨੂੰ ਲਾਈਟ ਨਹੀਂ ਨਾ ਲੈਣ, ਅਤੇ ਕਈ ਵਾਰ ECG ਜਾਂ ECO ਵਗੈਰਾ ਨੋਰਮਲ ਵੀ ਆ ਜਾਂਦੇ ਆ ਤਾਂ ਵੀ ਪੇਸ਼ੈਂਟ ਨੂੰ ਚੈਸਟ ਪੇਨ ਹੁੰਦੀ ਹੈ, ਕਿਉਂਕਿ ਉਹ ਚੱਲਣ ਫਿਰਨ 'ਤੇ ਹੁੰਦੀ ਹੈ, ਬੈਠੇ 'ਤੇ ਨਹੀਂ ਹੋ ਰਹੀ, ਚੱਲਣ ਫਿਰਨ 'ਤੇ ਹੋ ਰਹੀ ਹੈ। ਦੈਟ ਮੀਨਸ ਕਿ ਜਦੋਂ ਹਾਰਟ ਨੂੰ ਬਲੱਡ ਸਪਲਾਈ ਜ਼ਿਆਦਾ ਚਾਹੀਦੀ ਹੈ ਉਹ ਹਾਰਟ ਉਹਨੂੰ ਬਲੱਡ ਸਪਲਾਈ ਜ਼ਿਆਦਾ ਨਹੀਂ ਦੇ ਪਾ ਰਿਹਾ, ਤਾਂ ਇਸ ਦਾ ਡਾਇਗਨੋਸਿਸ TMT ਜਾਂ ਫਿਰ ਐਂਜੀਓਗ੍ਰਾਫੀ 'ਤੇ ਹੀ ਹੁੰਦਾ ਹੈ, ਤਾਂ ਇਟਸ ਬੈਟਰ ਕਿ ਤੁਸੀਂ ਆਪਣਾ ਇਲਾਜ ਇੱਕ ਕਾਰਡੀਓਲੋਜਿਸਟ ਤੋਂ ਕਰਾਓ। ਜਦੋਂ ਕਈ ਵਾਰੀ ECG ਨੋਰਮਲ ਆਉਂਦੀ ਹੈ ਪਰ ਸਿਮਟਮਸ ਤੁਹਾਨੂੰ ਫਿਰ ਵੀ ਪਰਸਿਸਟ ਕਰ ਰਹੇ ਹੈਗੇ ਆ, ਤਾਂ ਕਾਰਡੀਓਲੋਜਿਸਟ ਇੱਕ ਵਾਰ ਡਾਇਗਨੋਸ ਕਰ ਦਿੰਦੇ ਆ, ਤਾਂ ਫਿਰ ਉਸ ਤੋਂ ਬਾਅਦ ਐਂਜੀਓਗ੍ਰਾਫੀ ਹੁੰਦੀ ਹੈ।